ਸਤਿ ਸ਼੍ਰੀ ਅਕਾਲ ਜੀ, ਰਜਿੰਦਰ ਵਾਲੀਆ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਬਹੁਤ ਹੀ ਦੁੱਖ ਦੀ ਗੱਲ ਹੈ। ਮੈਂ ਕੁਛ ਮਿੰਟ ਪਹਿਲਾਂ ਇੱਕ ਵੀਡੀਓ ਦੇਖੀ, ਉਹ ਵੀਡੀਓ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਹੈ। ਇਹ ਉਹ ਗੁਰੂ ਘਰ ਹੈ ਕਿ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 18 ਸਾਲ ਅਖੀਰਲੇ ਬਿਤਾਏ ਸੀ, ਖੇਤੀ ਕੀਤੀ ਸੀ। ਅਸਲ ਦੇ ਵਿੱਚ ਲੰਗਰ ਦੀ ਪ੍ਰਥਾ ਇੱਥੋਂ ਹੀ ਚੱਲੀ ਸੀ, ਕਿਰਤ ਕਰਨੀ ਸਿਖਾਈ ਸੀ ਆਪਣੀ ਹੱਥੀਂ, ਉਹ ਖੇਤੀ ਕਰਦੇ ਸੀ ਅਤੇ ਫਿਰ ਉੱਥੇ ਉਸੇ ਜਿਹੜੀ ਕਿਰਤ ਦੇ ਵਿੱਚੋਂ ਸੇਵਾ ਅਤੇ ਲੰਗਰ ਦੀ ਗੱਲ ਦਾ ਸੁਨੇਹਾ ਬਾਬਾ ਨਾਨਕ ਨੇ ਦਿੱਤਾ ਸੀ। ਉਸੇ ਗੁਰੂ ਘਰ ਦੀ ਬੇਅਦਬੀ ਦੀ ਖਬਰ ਸੱਚਮੁੱਚ ਬਹੁਤ ਦੁੱਖ ਪਹੁੰਚਿਆ। ਮੈਂ ਕੀ ਹੈ ਉਹ ਬੇਅਦਬੀ, ਕਿਹਨੇ ਕੀਤੀ, ਕਿਉਂ ਹੋਈ, ਇਹ ਗੱਲ ਤੁਹਾਡੇ ਨਾਲ ਮੈਂ ਕਰਦਾ ਸਾਂਝੀ। ਪਰ ਮੈਂ ਪਹਿਲਾਂ ਤੁਹਾਨੂੰ ਯਾਦ ਕਰਾ ਦਾਂ ਕਿ ਇਹ ਜੋ ਚੈਨਲ, ਜਿਹਦੀ ਮੇਰੀ ਕੋਸ਼ਿਸ਼ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਨੂੰ ਹੋਰ ਵਧੀਆ ਬਣਾਵਾਂਗੇ ਅਤੇ ਹੋਰ ਅਹਿਮ ਗੱਲਾਂ ਤੁਹਾਡੇ ਨਾਲ ਕਰਿਆ ਕਰਾਂਗੇ। ਉਸ ਚੈਨਲ ਨੂੰ ਤੁਸੀਂ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਰਜਿੰਦਰ ਵਾਲੀਆ ਯੂਟਿਊਬ ਚੈਨਲ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ। ਅਤੇ ਜਿਹੜੀ ਗੱਲ ਮੈਂ ਕਰ ਰਿਹਾ ਸੀ ਬੇਅਦਬੀ ਦੀ, ਉਹ ਕਰਤਾਰਪੁਰ ਸਾਹਿਬ ਵਿੱਚ ਬੇਅਦਬੀ ਕੀਤੀ ਹੈ ਪਾਕਿਸਤਾਨ ਦੇ ਵੱਡੇ ਅਫਸਰਾਂ ਨੇ, ਉੱਥੋਂ ਦੀ ਬਿਊਰੋਕਰੇਸੀ ਨੇ ਕਿਵੇਂ ਕੀਤੀ ਹੈ ਇਹ ਸਮਝਣੀ ਹੈ। ਇਹ ਖਬਰ ਹੈ 18 ਨਵੰਬਰ ਦੀ। 18 ਨਵੰਬਰ ਨੂੰ ਰਾਤ ਨੂੰ 8 ਵਜੇ ਉੱਥੇ ਇੱਕ ਪਾਰਟੀ ਹੁੰਦੀ ਹੈ, ਟੈਂਟ ਲਾਇਆ ਜਾਂਦਾ, ਬਹੁਤ ਖੂਬਸੂਰਤ ਵੱਡੀ ਸਕਰੀਨ ਲਾਈ ਜਾਂਦੀ ਹੈ, ਜਿਵੇਂ ਆਪਾਂ ਲਾਉਂਦੇ ਹਾਂ ਨਾ ਡੀਜ਼ੇ, ਉਸ ਤਰ੍ਹਾਂ ਸਕਰੀਨ 'ਤੇ ਦੇਖਣ ਲਈ ਡੀਜ਼ੇ, ਡਾਂਸ ਵਗੈਰਾ ਉਹ, ਅਤੇ ਇੱਕ ਸਾਈਡ 'ਤੇ ਬਫੇ, ਪਿੱਛੇ ਟੇਬਲ ਵਿੱਚ ਜਿਹੜੇ ਹੈ ਅਫਸਰ, ਅਫਸਰਾਂ ਦੀਆਂ ਪਤਨੀਆਂ ਉਹ ਬੈਠੀਆਂ ਨਜ਼ਰ ਆਉਂਦੀਆਂ ਨੇ। ਇੱਕ ਟੇਬਲ 'ਤੇ ਬੈਕ ਨਜ਼ਰ ਆਉਂਦੀ ਹੈ ਇੱਕ ਸਰਦਾਰ ਦੀ, ਔਰ ਉਹ ਟੇਬਲ ਹੈ ਜਿਹੜਾ ਉਹਦੇ 'ਤੇ ਉਹ ਲੱਗਦਾ ਕੋਈ VIP ਬੈਠਾ ਹੈ, ਸ਼ਾਇਦ ਪਾਕਿਸਤਾਨ ਪਰਿਯੋਜਨਾ ਪ੍ਰਬੰਧ ਜਿਹੜਾ ਹੈ PMU ਦੇ CEO ਮੁਹੰਮਦ ਅਬੂ ਬਕਰ ਅਫਤਾਬ ਕੁਰੈਸ਼ੀ ਉਹ ਬੈਠੇ ਨੇ। ਨਾਲ ਕਰਤਾਰਪੁਰ ਸਾਹਿਬ ਨਹਿਰੂਵਾਲ ਜ਼ਿਲ੍ਹੇ 'ਚ ਪੈਂਦਾ ਅਤੇ ਨਹਿਰੂਵਾਲ ਦੇ DC ਉਹ ਬੈਠੇ ਨਜ਼ਰ ਆਉਂਦੇ ਨੇ, ਹੋਰ ਅਫਸਰ ਨੇ, ਬਹੁਤ ਸਾਰੇ ਪੁਲਿਸ ਅਫਸਰ ਨੇ ਉਹ ਵੀ ਬੈਠੇ ਨਜ਼ਰ ਆਉਂਦੇ ਨੇ, ਅਤੇ ਖਾਰਾ ਸੋਡਾ ਦੀ ਬੋਤਲ ਤਾਂ ਸਪਸ਼ਟ ਨਜ਼ਰ ਆਉਂਦੀ ਹੈ, ਔਰ ਉੱਥੋਂ ਲੱਗਦਾ ਕਿ ਸ਼ਰਾਬ ਦਾ ਸੇਵਨ ਵੀ ਉਹਨਾਂ ਲੋਕਾਂ ਨੇ ਕੀਤਾ। ਬੈਠੇ ਨੇ ਕੁਛ ਸੇਵਨ ਕਰ ਰਹੇ ਨੇ ਅਤੇ ਕੁਛ ਡਾਂਸ ਕਰ ਰਹੇ ਨੇ, ਕੋਈ ਉੱਠ ਕੇ ਡਾਂਸ ਕਰਨ ਲੱਗ ਜਾਂਦਾ, ਜਿਵੇਂ ਆਮ ਪਾਰਟੀਆਂ ਹੁੰਦੀਆਂ ਨੇ ਉਹ ਡਾਂਸ ਹੋ ਰਿਹਾ। ਤੁਸੀਂ ਕਹੋਗੇ ਜੀ ਫਿਰ ਕੀ ਗੱਲ ਹੈ, ਪਾਰਟੀਆਂ ਕਰਦੇ ਨੇ ਲੋਕ। ਹਾਲਾਂਕਿ ਮੈਂ ਤਾਂ ਇਹ ਸਮਝਦਾ ਸੀ ਕਿ ਮੁਸਲਮਾਨਾਂ ਲਈ ਜਿਹੜੀ ਸ਼ਰਾਬ ਹੈ ਉਹ ਹਰਾਮ ਹੈ, ਉਹ ਨਹੀਂ ਪੀਂਦੇ, ਪਰ ਹਰ ਕਿਸਮ ਦੇ ਬੰਦੇ ਹੁੰਦੇ ਨੇ ਹਰ ਧਰਮ ਦੇ ਵਿੱਚ। ਲੇਕਿਨ ਇੱਕ ਗੱਲ ਤਾਂ ਹੈ ਕਿ ਸੱਚਾ ਮੁਸਲਮਾਨ ਦੂਜੇ ਧਰਮ ਦੇ ਲੋਕਾਂ ਦਾ ਸਤਿਕਾਰ ਕਰਦਾ, ਦੂਜੇ ਧਰਮ ਦਾ ਸਨਮਾਨ ਕਰਦਾ। ਖਾਸ ਤੌਰ 'ਤੇ ਮੈਂ ਤਾਂ ਇਹ ਸਮਝਦਾ ਰਿਹਾ ਜਾਂ ਜਿੰਨੇ ਕੁ ਲੋਕ ਮੈਨੂੰ ਮਿਲੇ ਪਾਕਿਸਤਾਨ 'ਚ ਕਿ ਇਹ ਬਾਬਾ ਨਾਨਕ ਦਾ ਬਹੁਤ ਸਤਿਕਾਰ ਕਰਦੇ ਨੇ, ਉਹਨਾਂ ਨੂੰ ਬੜਾ ਪਿਆਰ ਕਰਦੇ ਨੇ, ਨਾਨਕ ਪੀਰ ਦੀ ਤਾਂ ਉਹ ਬਹੁਤ ਇੱਜ਼ਤ ਕਰਦੇ ਨੇ, ਮੈਂ ਤਾਂ ਇਹੀ ਸਮਝਦਾ ਰਿਹਾ। ਹੁਣ ਇਹ ਨਾਨਕ ਪੀਰ ਜੀ ਨੂੰ ਉਹ ਕਹਿੰਦੇ ਨੇ, ਬਾਬਾ ਨਾਨਕ ਨਾਲ ਸੰਬੰਧਿਤ ਇਹ ਗੁਰੂ ਘਰ ਹੈ ਜਿੱਥੇ ਤੁਸੀਂ ਦੇਖਿਆ ਰਾਵੀ ਦੇ ਕੰਢੇ 'ਚ ਇਹ ਕਰਤਾਰਪੁਰ ਸਾਹਿਬ, ਡੇਰਾ ਬਾਬਾ ਨਾਨਕ ਤੋਂ ਜਿਹੜੇ ਆਪਣੇ ਇੰਡੀਆ ਦੀ ਸਾਈਡ ਤੋਂ ਗੁਰਦਾਸਪੁਰ ਦਾ ਸ਼ਹਿਰ ਹੈ ਉਹਦੇ ਬਿਲਕੁਲ ਨੇੜੇ, ਉਹ ਗੁਰੂ ਘਰ 'ਤੇ ਜਿੱਥੇ 5 ਸਾਲ ਪਹਿਲਾਂ ਕੋਰੀਡੋਰ ਬਣਾਇਆ, ਬੜੇ ਜ਼ੋਰ ਸ਼ੋਰ ਨਾਲ ਉਦਘਾਟਨ ਹੋਇਆ, ਬਹੁਤ ਸੰਗਤਾਂ ਉੱਥੇ ਮੱਥਾ ਟੇਕਦੀਆਂ ਨੇ, ਜਾਂਦੀਆਂ ਨੇ। ਸ਼ਰਧਾਲੂਆਂ ਨੂੰ ਇਸ ਗੱਲ ਦੀ ਭਾਵੇਂ ਥੋੜ੍ਹਾ ਦੁੱਖ ਹੈ
कि इत्थे पासपोर्ट की शर्त जां $20 की शर्त वो नहीं रखनी चाहिए। चलो ये भी मनिया कि लोग सरकार ने उत्ते खर्चे कढ़ने होंदे ने, पाकिस्तान की सरकार तो वैसे ही पैसे वालों काफ़ी पीपे खाली ने, तो वह गल होर है। लेकिन गुरु घर दे विच इस तरह की पार्टी, गुरु घर तो यानी गुरुद्वारे की जिहड़ी दर्शनी ड्यूटी है वह तो सिर्फ 20 फुट की दूरी से यह टेंट लग्या होया सी, इत्थे पार्टी हो रही है। हुण यह अपने आप फिर ये भी नहीं, ये जिहड़े अफसर ने DC है, पुलिस अफसर ने, और जिहड़ा है PMU का CEO है, ये सारे शामिल ने। और कोई भी ऐसा नहीं जिहड़ा पढ़िया लिखिया नहीं जिन्हों ना पता हो कि ये स्थान की सिखा के मन च कितनी इज्जत है, ये तो पता उन्होंने सबनों। तो फिर ये क्यों होया, जानबूझ के होया, बेअदबी दी घटनावां कितें यही नहीं है कि गुरु ग्रंथ साहब बेअदबी ये भी है। तुसीं उत्थे शराब नॉन वेज ये उत्थे चलता है, पहला भी देखा सी कई बारी, इतिहास कहता है कि पवित्र किए गए हरिमंदर साहब ते जदों कब्जा अबदाली ने किया उदों भी इहो जिहा कुछ होया सी। उदों बाद सिखां ने मन च जो रोस सी किवें उन्होंने फिर उहदा कथारसिस किया, तुहानूं सब नूं पता जिहड़े हिस्टरी पढ़दे हो। तो इत्थे जो ये होया है इहदी मैं समझदा जिन्नी हो सके सख्त शब्दों में आलोचना ते निंदा करनी चाहिए है। पर दूजे पासे हुण जिहड़े हैड ग्रंथी जिहड़े सरदार दी पिट्ठ दिख रही सी जिहदी मैं गल कर रहा है, वह पता लग्या कि ज्ञानी गोबिंद सिंह ने जिहड़े कि हैड ग्रंथी ने, हुण वह किस मजबूरी च उत्थे गए, क्यों उन्होंने लेके गए, वो गए की कारण है, ये तो स्पष्टीकरण हैड ग्रंथी नूं देना चाहिए। लेकिन पाकिस्तान जे सिख जा उत्थों दीआं सिख संस्थावां जा हिंदुस्तान श्रोमणी कमेटी जा होर सिख संस्थावां वो गल करन, सरकार भारत दी सरकार पाकिस्तान दी सरकार नाल गल करे कि किस तरह दे हालात ने। तुसी देखिया है इत्थे कोई भी पुरानी जिहड़ी मस्जिद है, तुसी ये देखो फतेहगढ़ साहब गुरु घर दे नाल बिल्कुल हाथ भी नहीं लाया किसी ने उस दरगाह नूं, हालांकि सब दे मना च किन्ना रंज सी। तो ये सारा कुछ उत्थे क्यों वापरदा है? हाँ जे कोई अनपढ़ बंदा करदा फिर मन्या जा सकदा सी कि गल कोई ज़्यादा ठीक नहीं, पर उत्थे जिस तरह की गल हुई है बहुत दुख की गल है, यू रोकना बनता ता कि अगे तो यह गल ना हो। तो ये सरकार नू केस जड़ा है चकना चाहिए। मैं एक होर गल थोड़े नाल गल कर ला, वो है नशे की। सरकार रैली करती है मान साहब, बड़िया गल्लां हुंदियां इन्ने बंदे आ गए, 35,000 बच्चों लैके अरदास हरिमंदर साहब की है जी, बिल्कुल करो। पर की ये नाल अरदास ते साइकल रैली नाल नशे घट रहे ने, जा कुछ मुहिम बनी है, कोई जनतक मुहिम बनी है, लोगों की कोई मुहिम बनी है? नहीं। हर रोज़ मर दियाँ खबर, दो दिन पहला दो सके भरा जिन्हें चो कि इंजीनियर सी वो ओवरडोज ना मरे, अज एक लुधियाने से थाना कूमकला की खबर आ गई कि एक नौजवान फिर नशे ओवरडोज नाल मारिया गया। यह हर रोज़ मौतां हो रही ने। मैं एक रिपोर्ट देख रहा सी कि 2023 हाईकोर्ट रिपोर्ट है कि 1 अप्रैल 2020 तो लैके 31 मार्च 2023 तक 266 मौतों सिर्फ ओवरडोज नाल, यानी 2020 ते 2021 दे विच 36, 2021 ते 22 71 जदों मान साहब की सरकार आ गई जिहड़ी नशे खत्म 4 महीने च कर रही सी, उस वेले 266 तक पहुँच गई गिनती मौतों की। तो पहला आपां देखिया कि कैप्टन साहब कहिंदे असीं लख तोड़ता, हुण पता नहीं जे टुटे हुए लख नाल इन्ना कुछ हो रहा है, जे वह साफ सुथरा हुंदा लख फिर पता नहीं की हुंदा। हुण तुसीं
ਹਾਲ ਇਹ ਹੈ ਕਿ ਇੱਕ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਬਾਰੇ ਸੰਸਦੀ ਕਮੇਟੀ ਨੇ ਅੰਕੜੇ ਇਕੱਠੇ ਕੀਤੇ, ਉਹਨਾਂ ਨੇ ਜਾਰੀ ਕੀਤੇ ਨੇ ਅੰਕੜੇ। ਉਹ ਇਹ ਕਹਿੰਦੇ ਨੇ ਪੰਜਾਬ ਬਾਰੇ, 10 ਤੋਂ 17 ਸਾਲ ਦੇ ਜਿਹੜੇ ਬੱਚੇ ਨਸ਼ਾ ਕਰਦੇ ਨੇ 6,97,000 ਨੇ, 18,100 ਤਾਂ ਕੋਕੀਨ ਲੈਂਦੇ ਨੇ ਇਹਨਾਂ 'ਚੋਂ, ਉਹਨਾਂ 'ਚੋਂ 18,000 ਜਿਹੜੇ ਕੋਕੀਨ ਲੈਂਦੇ ਨੇ 18,100, ਉਹਨਾਂ 'ਚੋਂ ਕੁਛ ਇਹ ਹਾਲ ਹੈ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਇਹ ਨਸ਼ੇ ਦਾ। 10 ਸਾਲ ਦੇ ਬੱਚੇ ਨੂੰ ਵੈਸੇ ਕੀ ਪਤਾ ਹੁੰਦਾ, ਇਹ ਵੀ ਤਾਂ ਦੇਖ ਲਈਏ। ਬਾਕੀ 3,43,000 ਇਹ ਸੰਸਦੀ ਕਮੇਟੀ ਕਹਿੰਦੀ ਸਿੰਥੈਟਿਕ ਡਰੱਗ ਦਾ ਨਸ਼ਾ ਲੈਂਦੇ ਨੇ, ਅਤੇ 72,000 ਤਾਂ ਇਨਹੇਲ ਕਰਦੇ ਨੇ ਨਸ਼ੇ ਨੂੰ। ਬੜੇ ਖਤਰਨਾਕ ਅੰਕੜੇ ਨੇ ਜਿਹੜੇ ਡਰਾ ਰਹੇ ਨੇ ਸਾਨੂੰ। ਟੋਟਲ 66,70,000 ਬੱਚਾ 10 ਤੋਂ 17 ਸਾਲ ਦਾ ਨਸ਼ਿਆਂ 'ਚ ਗ੍ਰਸਤ ਹੈ, ਯਾਨੀ ਕਿ 20%। ਤਾਂ ਜਦੋਂ ਫਿਰ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਤਾਂ ਜੀ ਸਾਨੂੰ ਬਸ ਸਾਲ ਦਿਓ, ਪਹਿਲਾਂ 4 ਮਹੀਨੇ ਸਾਲ, ਉੱਧਰੋਂ 4 ਹਫ਼ਤੇ ਲਏ ਸੀ ਕੈਪਟਨ ਸਾਹਿਬ ਨੇ, ਕਿਉਂ ਲੋਕਾਂ ਨਾਲ ਡਰਾਮਾ ਕਰਦੇ ਹੋ, ਕਿਉਂ ਇਹ ਜਿਹੜਾ ਨਾਰਕੋ ਟੈਰਰਿਜ਼ਮ ਹੈ ਇਹ ਤਾਂ ਖਤਮ ਹੋਊ ਜੇ ਇਹਦਾ ਗੱਠਜੋੜ ਤੋੜਾਂਗੇ। ਇਹਦੇ 'ਚ ਸਿਆਸੀ ਬੰਦੇ ਵੀ ਸ਼ਾਮਿਲ ਨੇ, ਇਹਦੇ 'ਚ ਪੁਲਿਸ ਵੀ, BSF ਵੀ, ਇਹ 'ਚ ਤਸਕਰਾਂ ਤਾਂ ਹੋਣਾ, ਇੱਕ ਨੈਕਸਜ ਹੈ, ਇੱਕ ਗੱਠਜੋੜ ਹੈ। ਬੜੀ ਹਿੰਮਤ ਚਾਹੀਦੀ ਹੈ, ਵਿਲ ਪਾਵਰ ਚਾਹੀਦੀ ਹੈ ਇਹਨੂੰ ਤੋੜਨ ਲਈ, ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਹੀ ਪੰਜਾਬ ਬਚੂ, ਨਹੀਂ ਤਾਂ ਇਹ ਪੰਜਾਬ ਤਾਂ ਨਸਲਾਂ ਹੀ ਖਰਾਬ ਹੋ ਜਾਣਾ। ਹੁਣ ਆਪਾਂ ਵੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਹੈ, ਜਿਹੜੇ ਬੱਚੇ ਕੋਕੀਨ ਲੈਂਦੇ ਨੇ ਜਦੋਂ ਤੱਕ ਇਹਨਾਂ ਦੀ ਵਿਆਹ ਦੀ ਉਮਰ ਹੋਣੀ ਹੈ, ਜੇ ਹੋਈ ਉਦੋਂ ਤੱਕ, ਕਿਉਂਕਿ ਇਹਨਾਂ ਦੀ ਉਮਰ ਘੱਟ ਹੁੰਦੀ ਹੈ, ਅਤੇ ਜੇ ਹੋਈ ਤਾਂ ਉਹ ਬੱਚੇ ਪੈਦਾ ਕਰਨ ਦੇ ਯੋਗ ਨਹੀਂ ਹੋਣੇ, ਤਾਂ ਕਿੱਥੇ ਅਸੀਂ ਨਸਲਾਂ ਨੂੰ ਬਚਾਵਾਂਗੇ। ਬਹੁਤ ਹੀ ਗੰਭੀਰ ਮਸਲਾ ਹੈ, ਮਾਪੇ ਇਹਦੇ 'ਚ ਕੀ ਰੋਲ ਪਲੇ ਕਰ ਸਕਦੇ ਨੇ ਇਹ ਆਪਣੇ ਆਪ 'ਚ ਅਹਿਮ ਹੈ। ਬੱਚਿਆਂ ਨੂੰ ਜ਼ਿਆਦਾ ਟਾਈਮ ਦਿਓ, ਬਣ ਜਾਓ ਬੱਚਿਆਂ ਦੇ ਦੋਸਤ, ਕਰੋ ਬੱਚਿਆਂ ਨਾਲ ਗੱਲ, ਕਰੋ ਦਿਨ 'ਚ ਕਿੱਥੇ ਕਿੱਥੇ ਗਿਆ, ਕੀ ਕੀਤਾ, ਉਹਨੂੰ ਸਵੇਰੇ ਉੱਠ ਕੇ ਪੁੱਛੋ ਵੀ ਅੱਜ ਕੀ ਪ੍ਰੋਗਰਾਮ ਹੈ, ਫਿਰ ਜਦੋਂ ਸ਼ਾਮ ਨੂੰ ਮਿਲਦੇ ਹੋ ਬੈਠੋ ਟੇਬਲ 'ਤੇ ਗੱਲ ਕਰੋ ਵੀ ਅੱਜ ਕੀ ਕੀਤਾ, ਕਿਹਦੇ ਨਾਲ ਖੇਡੇ, ਕਿਵੇਂ ਕੀ ਕੀਤਾ, ਸਕੂਲ 'ਚ ਕੀ ਕੀਤਾ, ਕਿਹੜੀ ਗੇਮ ਖੇਡੀ, ਉਹ ਬੱਚਿਆਂ ਨਾਲ ਬੱਚੇ ਬਣ ਜਾਓ, ਫਿਰ ਦੇਖੋ ਤੁਸੀਂ ਸ਼ਾਇਦ ਆਪਣੇ ਬੱਚਿਆਂ ਨੂੰ ਇਸ ਜਿਹੜੀ ਹੈ ਬਿਮਾਰੀ ਤੋਂ ਬਚਾ ਸਕੋਗੇ। ਅੱਜ ਇੰਨੇ ਹੀ, ਕੱਲ੍ਹ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।